ਪਿਛਲੇ ਦਿਨੀ ਹੋਈ ਬਾਰਿਸ਼ ਨੇ ਜਿੱਥੇ ਬਲਾਕ ਲੰਬੀ ਦੇ ਕਈ ਪਿੰਡਾਂ ਦੀ ਫਸਲ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਬਚੇ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਆ, ਜਿਸ ਤੋਂ ਦੁਖੀ ਹੋ ਕੇ ਕਿਸਾਨਾਂ ਵੱਲੋਂ ਆਪਣੀ ਖੜੀ ਨਰਮੇ ਦੀ ਫਸਲ 'ਤੇ ਟਰੈਕਟਰ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ। ਜਿਸ ਦੇ ਚੱਲਦਿਆਂ ਹਲਕੇ ਦੇ ਪਿੰਡ ਅੰਬੁਲ ਖੁਰਾਣਾ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਆਪਣੀ ਲਗਭਗ 60 ਏਕੜ ਦੇ ਕਰੀਬ ਨਰਮੇ ਦੀ ਖੜੀ ਫਸਲ ਵਾਹ ਦਿੱਤੀ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਦੀ ਫਸਲ ਬਾਰਿਸ਼ ਤੋਂ ਤਾਂ ਬਚ ਗਈ, ਪਰ ਨਰਮੇ ਉੱਪਰ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੇ ਦੇ ਹਮਲੇ ਨੇ ਨਰਮੇ ਨੂੰ ਲੱਗਣ ਵਾਲੀ ਫੁੱਲਾਂ ਬੂਟੀ ਝੜਨ ਲੱਗੀ ਸੀ, ਜਿਸ 'ਤੇ ਕਈ ਤਰ੍ਹਾਂ ਦੀਆਂ ਸਪਰੇਆਂ ਵੀ ਕੀਤੀ ਗਈਆਂ, ਪਰ ਕੋਈ ਫਾਇਦਾ ਨਾ ਹੋਇਆ। ਆਖਰ ਮਜਬੂਰਨ ਸਾਨੂੰ ਨਰਮੇ ਨੂੰ ਹੁਣ ਵਾਹੁਣਾ ਪੈ ਰਿਹਾ। ਪੁੱਛੇ ਜਾਣ 'ਤੇ ਕਿ ਕਿਸੇ ਖੇਤੀਬਾੜੀ ਵਿਭਾਗ ਨੇ ਕੋਈ ਸਾਰ ਲਈ ਹੈ ਤਾਂ ਕਿਸਾਨਾਂ ਦਾ ਕਹਿਣਾ ਹੈ ਤਾਂ ਖੇਤੀਬਾੜੀ ਅਧਿਕਾਰੀ ਤਾਂ ਦੂਰ, ਕਿਸੇ ਨੇ ਸਾਡੀ ਖਬਰ ਤੱਕ ਨਹੀਂ ਲਾਈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਇਹ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੂੰ ਮਾਰਨ ਵਾਲੀਆਂ ਦਵਾਈਆਂ ਵੀ ਕੀ ਜਾਲੀ ਹੀ ਸੀ, ਜਿਨ੍ਹਾਂ ਨੇ ਸਾਡੀ ਕਿਸਮਤ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਖੜ੍ਹੇ ਕਰ ਦਿੱਤੇ ਨੇ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਜੋ ਨੁਕਸਾਨ ਹੈ ਉਸਦੀ ਭਰਭਾਈ ਕੀਤੀ ਜਾਵੇ। ਹਾਂਜੀ, ਕੀ ਨਾਂ ਤੁਹਾਡਾ? ਕਿੰਨੇ ਕਿੱਲੇ ਤੁਸੀਂ ਅੱਜ ਉਹਨਾਂ ਨਰਮਾ ਵਾਹ? ਮੈਂ ਕਿਰਪਾਲ ਸਿੰਘ ਹੈ ਜੀ ਮੇਰਾ ਨਾਂ ਜੀ। 3 ਕਿੱਲੇ ਜ਼ਮੀਨ ਇੱਕ ਨਰਮਾ ਸਾਡਾ ਹੈ। ਇਹਦੇ 'ਤੇ ਮਤਲਬ ਤਕਰੀਬਨ ਅਸੀਂ ਸਾਰਾ ਹੀ ਪੂਰਾ ਖਰਚ ਕਰ ਚੁੱਕੇ ਹਾਂ। DBA ਪਾਤੀ, ਯੂਰੀਆ ਪਾਤੀ, 4 ਸਪਰੇਆਂ ਵੀ ਕਰਤੀਆਂ ਇੱਥੇ, ਪਰ ਚਿੱਟਾ ਮੱਛਰ ਅਤੇ ਜਿਹੜੀ ਗੁਲਾਬੀ ਸੁੰਡੀ ਉਹ ਨਹੀਂ ਮਰ ਰਹੀ। ਜਿੰਨੀ ਵੀ ਹੁਣ ਫੁੱਲਗੁੱਡੀ ਲੱਗਦੀ ਹੈ ਉਹਨੂੰ ਸਾਰੀ ਨੂੰ ਖਾਈ ਜਾਂਦੀ ਹੈ। ਅਖੀਰ ਸਾਨੂੰ ਇਹ ਮਜਬੂਰ ਹੋ ਕੇ ਨਰਮਾ ਇਹ ਵਾਹੁਣਾ ਪਿਆ। ਕੋਈ ਪਾਣੀ ਦੀ ਮਾਰ ਪਈ? ਪਾਣੀ ਦੀ ਕੋਈ ਮਾਰ ਨਹੀਂ ਇਹਦੇ 'ਚ। ਬਰਸਾਤ ਦਾ ਕੋਈ ਅਸਰ ਨਹੀਂ, ਕੋਈ ਪਾਣੀ ਨਹੀਂ ਆ। ਦੇਖ ਲਓ ਤੁਸੀਂ ਨਰਮੇ ਦੇ ਸੀ, ਇੰਨਾ ਸੁੱਕਾ ਏਰੀਆ ਪਿਆ, ਬਸ ਸਿਰਫ ਇਹ ਜਿਹੜੀ ਬਿਮਾਰੀ ਆ ਚਿੱਟਾ ਮੱਛਰ 'ਤੇ ਨਹੀਂ ਕੰਟਰੋਲ ਹੋ ਰਿਹਾ। ਹਾਂਜੀ, ਖੇਤੀਬਾੜੀ ਵਿਭਾਗ ਨੇ ਕੋਈ ਕੁਛ ਨਹੀਂ ਆਇਆ ਜੀ, ਕੋਈ ਮਹਿਕਮੇ ਵਾਲਿਆਂ ਨਹੀਂ ਆਇਆ, ਕੁਛ ਨਹੀਂ ਆਇਆ, ਨਾ ਕੋਈ ਵਿਭਾਗ ਨੇ ਕੀਤਾ। ਮੱਕੀਆਂ ਬੀਜੀਆਂ, ਮੱਕੀਆਂ ਮਰ ਗਈਆਂ ਲੋਕਾਂ ਦੀਆਂ, ਮੂੰਗੀਆਂ ਨਹੀਂ ਹੋਈਆਂ, ਉਹ ਮਰ ਗਈਆਂ, ਕੋਈ ਝਾੜ ਨਹੀਂ ਮੂੰਗੀ 'ਚੋਂ ਨਹੀਂ ਨਿਕਲਿਆ, ਪਾਣੀ ਨਹਿਰਾਂ ਬੰਦ ਪਿਆ। ਹਾਂਜੀ, ਨਰਮਾ ਹੁਣ ਜਿਹੜੇ ਤੁਸੀਂ ਪੱਕੀ ਫਸਲ ਵਾਹ ਰਹੇ ਹੋ ਅਤੇ ਇਸ ਤੋਂ ਬਾਅਦ ਫਿਰ ਇੱਥੇ ਕੀ ਲਾਉਂਗੇ? ਇਸ ਤੋਂ ਬਾਅਦ ਫਿਰ ਝੋਨਾ ਝੁਨਾ ਹੀ ਲਾਵਾਂਗੇ ਜੀ। ਪਨੀਰੀ ਸਭ ਬਾਹਰੋਂ ਮੁੱਲ ਲਿਆਉਣੀ ਪਊਗੀ ਸਾਰੀ, ਕਿਸੇ ਕੋਲ ਪਨੀਰੀ ਵੀ ਹੈ ਨਹੀਂ ਜ਼ਿਮੀਂਦਾਰ ਕੋਲ ਇਸ ਵੇਲੇ। ਕੀ ਮੰਗ ਕਰ ਰਹੇ ਹੋ ਸਰਕਾਰ? ਮੰਗ ਤਾਂ ਇਹੀ ਸਰਕਾਰ ਨੂੰ ਵੀ ਸਾਡਾ ਇਹ ਮੌਕਾ ਵੇਖ ਕੇ ਜ਼ਿਮੀਂਦਾਰ ਨੂੰ ਬੰਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨ ਦੀ ਬਾਂਹ ਫੜੀ ਜਾਵੇ। ਤੁਹਾਡੇ ਹਿਸਾਬ ਨਾਲ ਉਹਨਾਂ ਕਿੰਨਾ ਖਰਚਾ ਹੋ ਗਿਆ ਉਹਨਾਂ ਕਿੱਲੇ ਦਾ? ਖਰਚਾ ਹੁਣ ਦੇਖੋ ਜੀ, ਅੱਧਾ ਕਿੱਲਾ DAP ਪਾਤੀ ਅਸੀਂ, ਯੂਰੀਆ ਪੈ ਗਈ 2-2.5 ਘੰਟੇ, 4 ਸਪਰੇਆਂ ਹੋ ਗਈਆਂ, ਬੀ ਪੈ ਗਿਆ, ਲੇਬਰ ਪੈ ਗਈ ਸਾਰੀ, ਕਿੰਨੀ ਲੇਬਰ ਪੈ ਗਈ ਇਹਦੇ 'ਚ ਪੱਠੇ ਮਾਰਨ ਵਾਸਤੇ, ਹੋਰ ਸਭ ਖਰਚਾ ਹੋ ਗਿਆ। ਜਾਂ ਅਖੀਰ ਬਸ ਲਾਸਟ ਸੀ, ਹੁਣ ਤਾਂ ਪੱਕਣ 'ਤੇ ਸੀ। ਹਾਂਜੀ ਹਾਂਜੀ ਬਈ, ਕੀ ਨਾਂ ਤੁਹਾਡਾ ਅਤੇ ਜਿਹੜਾ ਨਰਮਾ ਵਾਹ ਰਹੇ ਹੋ ਜਾਂ ਕਿਹੋ ਜਿਹਾ ਤੁਹਾਡਾ ਨਰਮਾ ਹੈ? ਬਾਈ, 7 ਕਿੱਲੇ ਨਰਮਾ ਸਾਡਾ, ਅਸੀਂ ਵਾਹ ਰਹੇ ਹਾਂ ਗੁਲਾਬੀ ਸੁੰਡੀ ਕਾਰਨ, ਸਾਰੇ ਏਰੀਏ ਦੇ ਖਰਚੇ ਕਰਤੇ, ਕੋਈ ਕਮੀ ਨਹੀਂ ਕਿਸੇ ਗੱਲ ਦੀ, ਕੋਈ ਪਾਣੀ ਦੀ ਦਿੱਕਤ ਨਹੀਂ ਆਈਗੀ। ਹੁਣ ਤਿਆਰੀ 'ਚ ਹੁਣ ਅਸੀਂ ਵਾਹੁਣ ਲੱਗੇ ਹਾਂ, ਹੁੰਦਾ ਹੀ ਨਹੀਂ। ਕੀ ਕਾਰਨ ਕੀ ਹੋਇਆ ਨਰਮੇ ਨੂੰ? ਕੋਈ ਵੋ ਨਾ ਬਰਸਾਤ ਆ, ਮੀਂਹ ਕਰਕੇ ਉਹ ਹੋਇਆ? ਨਾ, ਮੀਂਹ ਸੁੰਡੀ ਆਈ, ਗੁਲਾਬੀ ਸੁੰਡੀ ਕਰਤ ਨਹੀਂ, ਅਤੇ ਬਾਕੀ ਤੇਲਾ ਬਹੁਤ ਜ਼ਿਆਦਾ ਜੀ। ਮਾਰੀ ਖਰਚਾ ਲਾ ਚੁੱਕੇ ਇਹਦੇ 3-4 ਤਾਂ ਸਪਰੇਆਂ ਕਰਤੀਆਂ ਜੀ, ਅੱਧਾ ਘੰਟਾ DAP ਦੇ ਪਾਤਾ, 3-3 ਘੰਟੇ ਯੂਰੀਆ ਦੇ ਪਾਤੇ ਉੱਤੇ, ਸਾਰਾ ਖਰਚਾ ਕਰਤਾ। ਹੁਣ ਬਸ ਅਖੀਰ ਸੀ, ਹੁਣ ਕੀ ਕਰੀਏ? ਠੇਕੇ 'ਤੇ ਜ਼ਮੀਨ ਲਈ ਜੀ ਅਸੀਂ। ਹੋਰ ਵੀ ਕੋਈ ਕਿਸਾਨ ਇੱਥੋਂ ਜਿਹੜੇ ਉਹਨਾਂ ਵਾਹ ਰਹੇ? ਹਾਂਜੀ ਹਾਂਜੀ, ਹੋਰ ਇੱਥੇ ਰਾਣੇ ਕੇ ਢਾਣੀ ਵਾਲੇ ਮੀਨੇ ਕੇ ਉਹ ਵਹੀ ਜਾਂਦੇ ਜੀ, ਉਹ ਵਹੀ ਜਾਂਦੇ ਸਾਰੇ ਪਾਸੇ ਨਰਮੇ ਦੇ ਹੀ? ਹਾਂਜੀ, ਨਰਮੇ ਦੇ ਹੀ ਹਾਲ ਆ ਜੀ ਸਾਰਿਆਂ ਦੇ। ਕੋਈ ਖੇਤੀਬਾੜੀ ਮਹਿਕਮਾ ਕੋਈ ਆਇਆ ਨਹੀਂ ਕਿਸੇ ਨੇ ਦੱਸਿਆ? ਕੋਈ ਨਹੀਂ ਆਇਆ ਜੀ। 6 ਕਿੱਲੇ ਤਾਂ ਦਲਵਾਰਾ ਸਿੰਘ ਨੇ ਵਾਹਿਆ ਜੀ ਸਾਡੇ ਕੋਲ, ਨਾਲ ਹੀ ਵੱਟ ਨਾ ਵੱਟ 6 ਕਿੱਲੇ ਨਰਮਾ ਨੇ ਵਾਹਿਆ ਜੀ। ਕੀ ਮੰਗ ਕਰਦੇ ਹੋ ਸਰਕਾਰ ਤੋਂ ਹੁਣ ਜੀ? ਸਾਨੂੰ ਤਾਂ ਸਾਨੂੰ ਵਾਜਵਾ ਪੂਰਾ ਮਿਲਣਾ ਚਾਹੀਦਾ ਜੀ, ਕੀ ਕਰੀਏ ਹੁਣ ਫਿਰ? ਹਾਲੇ ਕੋਈ ਨਹੀਂ ਜੀ।